ਜਿੱਥੇ ਵੀ ਕਾਂਗਰਸ ਦੀ ਜਿਵੇਂ ਜਾਂ 2017 ਦੀ ਚੋਣ ਹੋਵੇ ਜਾਂ ਉਹ ਅੰਮ੍ਰਿਤਸਰ ਜਿੱਥੇ ਉਹਨਾਂ ਨੇ ਭਾਜਪਾ ਦੇ ਇੱਕ ਸੁਨਾਮੀ ਵਿਰੁੱਧ ਵੀ ਖੜਾ ਕਰਤਾ ਸੀਗਾ, ਕੈਪਟਨ ਅਮਰਿੰਦਰ ਨੂੰ ਅੰਮ੍ਰਿਤਸਰ ਜਿਤਾਇਆ ਸੀ, ਤੁਸੀਂ ਹਮੇਸ਼ਾ ਪਿੱਛੇ ਰਹੇ ਹੋ। ਤੁਹਾਨੂੰ ਐਕਚੁਅਲੀ ਛੋਟਾ ਕੈਪਟਨ ਕਿਹਾ ਜਾਂਦਾ ਕਿ ਤੁਸੀਂ ਸਰਕਾਰ ਦੇ ਪਿੱਛੇ ਜਿਹੜਾ ਸਾਰਾ ਮਕੈਨਿਜ਼ਮ ਹੈ ਤੁਸੀਂ ਚਲਾਉਂਦੇ ਹੋ, ਅਤੇ ਅੱਜ ਦਾਖੇ ਵਿੱਚ ਜੋ ਹਾਲਾਤ ਨੇ, ਤੁਸੀਂ ਦਾਖੇ ਵਿੱਚ ਕੀ ਵੇਖ ਕੇ, ਮੈਂ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇੱਥੇ, ਕੀ ਚਲਾਉਣ ਦੀ ਜ਼ਰੂਰਤ ਹੈ? ਨਿਮਰਤ ਜੀ, ਮੈਂ ਇਹਨੂੰ ਚਿੱਟਾ ਅੱਤਵਾਦ ਮੰਨਦਾ। ਜਿੰਨਾ ਚਿਰ ਲੋਕ ਮਾਵਾਂ ਧੀਆਂ ਜਿਹੜੀਆਂ ਬੱਚਿਆਂ ਦੀਆਂ ਗੱਲਾਂ ਲੁਕੋ ਕੇ ਛੁਪਾ ਕੇ ਰੱਖ ਜਾਂਦੀਆਂ ਕਿਉਂਕਿ ਲਾਡਲੇ ਹੁੰਦੇ ਆ, ਉਹਨਾਂ ਨੇ ਇਹ ਮਹਿਸੂਸ ਕੀ ਨਾ ਕੀਤਾ ਸ਼ੁਰੂ ਕੀਤਾ। ਮੈਂ ਹੁਣ ਜਾਣਦਾ ਜਿਸ ਕਿਸਮ ਦੀਆਂ ਬੀਬੀਆਂ ਨੇ, ਭੈਣਾਂ ਨੇ, ਮਾਵਾਂ ਨੇ ਗੱਲਾਂ ਕੀਤੀਆਂ, ਉੱਥੋਂ ਹੀ ਗੱਲਾਂ ਆਈਆਂ ਮੇਰੇ ਕੋਲ, ਮੈਂ ਕੋਈ ਬਣਾ ਕੇ ਨਹੀਂ ਤੁਹਾਨੂੰ ਦੱਸ ਰਿਹਾ। ਪਹਿਲਾ ਇਲਜ਼ਾਮ ਇਹ ਲੱਗਿਆ ਕਿ ਤੁਸੀਂ ਬਾਹਰ ਤੋਂ ਆਇਓ, ਦਾਖੇ ਦੇਣੇ ਹੋ। ਸਭ ਤੋਂ ਵੱਡੀ ਪ੍ਰੋਬਲਮ ਹੈ ਜਦੋਂ ਚੋਣਾਂ ਅਨਾਊਂਸ ਹੋ ਜਾਂਦੀਆਂ ਨਾ ਜੀ, ਰਿਸ਼ਤੇ ਨਾਤੇ ਉਸ 15 ਦਿਨਾਂ 'ਚ ਬਣਨੇ ਸ਼ੁਰੂ ਹੁੰਦੇ ਆ। ਤੁਸੀਂ ਜੇ ਜਿੱਤੇ ਤਾਂ ਬੜੇ ਲੋਕ ਉਮੀਦ ਕਰਦੇ ਆ ਕਿ ਤੁਸੀਂ ਕੋਈ ਮੰਤਰੀ ਜ਼ਰੂਰ ਬਣੋਗੇ, ਤੁਹਾਨੂੰ ਲੱਗਦਾ ਹੈਗਾ? ਇਹ ਪਰ ਇੱਕ ਇਲਜ਼ਾਮ ਤੁਹਾਡੇ ਵੱਲੋਂ ਵੀ ਲਾਇਆ ਗਿਆ ਹੈ ਐਲੀ ਜੀ ਵੱਲ ਕਿ ਵੀ ਜੋ ਸਟੇਡੀਅਮ ਬਣਾਏ ਉਹਨਾਂ ਦੀ ਕੀਮਤ 25 ਲੱਖ ਦੀ ਹੈ ਪਰ ਲਿਆ 1 ਕਰੋੜ ਜਾਂ 2 ਕਰੋੜ ਗਿਆ ਹੈ। ਮੈਡੀਕਲ ਜ਼ਿਆਦਾ ਕਰ ਰਿਹਾ, ਚਿੱਟਾ ਵੀ ਜ਼ਿਆਦਾ ਕਰ ਰਿਹਾ, ਮਤਲਬ ਤੁਸੀਂ ਆਪ ਵੇਖਿਆ ਕਿੱਥੇ ਹੁੰਦੇ ਹੋਏ? ਜਿਵੇਂ ਗਲੀ ਮੁਹੱਲੇ 'ਚ ਤਾਂ ਹੁੰਦਾ ਹੀ ਹੈ, ਜਿਵੇਂ ਟੀਕੇ ਵਗੈਰਾ, ਮੈਡੀਕਲ। ਦੇਖੋ ਜੀ, ਆ ਪਿਛਲੇ ਜਦੋਂ 2.5 ਸਾਲ ਫੁਲਕਾ ਸਾਹਿਬ ਸੀਗੇ ਇੱਥੇ, ਉਹ ਕੋਈ ਵਿਕਾਸ ਨਹੀਂ ਹੋਇਆ। ਫੁਲਕੇ ਸਾਹਿਬ ਨੇ ਜੀ ਕੰਮ ਕੀਤਾ, ਕਾਂਗਰਸ ਤਾਂ ਕਰਦੀ ਹੈ। ਵੈਸੇ ਤਾਂ ਜਦ ਬਾਏ ਪੋਲ ਆਉਂਦੀ ਹੈ ਪਤਾ ਆਉਂਦਾ ਸਰਕਾਰ ਨੇ ਜਿੱਤਣਾ ਹੈ, ਪਰ ਇਸ ਵਾਰੀ ਪੰਜਾਬ ਦੇ ਦਾਖੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਅਸਲ ਚੋਣ ਚੱਲ ਰਹੀ ਹੈ, ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਸਾਰੇ ਦੇ ਸਾਰੇ ਪਾਰਟੀਆਂ ਦੇ ਸਿਆਸੀ ਜੋ ਚਮਕਦੇ ਸਿਤਾਰੇ ਹੁੰਦੇ ਨਾ ਉਹ ਦਾਖੇ ਆਏ ਹਨ, ਪਰ ਜੋ ਮੇਨ ਲੜਾਈ ਚੱਲ ਰਹੀ ਹੈ ਉਹ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਚੱਲ ਰਹੀ ਹੈ। ਇੱਕ ਪਾਸੇ ਕਾਂਗਰਸ ਦੇ ਜੋ ਹਮੇਸ਼ਾ ਹੀ ਸਾਰੀ ਕਾਂਗਰਸ ਪਾਰਟੀ ਦੇ ਪਿੱਛੋਂ ਖੜ੍ਹੇ ਹੋ ਕੇ ਉਹਨਾਂ ਨੂੰ ਜਿਤਾਉਣ ਅਤੇ ਚਮਕਾਉਣ ਵਾਲੇ ਦਿਮਾਗ ਸਨ, ਕੈਪਟਨ ਸੰਦੀਪ ਲੜ ਰਹੇ ਹਨ, ਅਤੇ ਦੂਜੇ ਪਾਸੇ ਅਯਾਲੀ ਹਨ ਜੋ ਮਨਜੀਠੀਆ ਅਤੇ ਬਹੁਤ ਹੀ ਖਾਸਮ ਖਾਸ ਹਨ, ਉਹਨਾਂ ਦਾ ਸੱਜਾ ਹੱਥ ਨੇ। ਇਹਨਾਂ ਦੋਨਾਂ ਵਿੱਚ ਅਸੀਂ ਉਹਨਾਂ ਦੇ ਦਫ਼ਤਰ ਦੇ ਬਾਹਰ ਖੜ੍ਹੇ ਹਾਂ, ਇੱਕ ਪਾਸੇ ਕਾਂਗਰਸ ਦਾ ਦਫ਼ਤਰ ਹੈ ਅਤੇ ਸ਼ਰੀਕਾ ਦਾ, ਦੂਸਰੇ ਪਾਸੇ ਅਕਾਲੀ ਦਲ ਆਹਮੋ ਸਾਹਮਣੇ ਹੈ, ਔਰ ਇੱਥੇ ਜੋ ਹਲਚਲ ਹੈ ਉਹ ਤੋਂ ਹੀ ਪਤਾ ਚੱਲ ਰਿਹਾ ਕਿ ਦਾਖੇ ਵਿੱਚ ਚੋਣ ਦਾ ਆਪਣਾ ਹੀ ਵੱਖਰਾ ਸਵਾਦ ਚੱਲ ਰਿਹਾ ਹੈ, ਬਾਏ ਇਲੈਕਸ਼ਨ ਦੀ ਚੋਣ ਲੱਗਦੀ ਨਹੀਂ ਹੈ। ਤੁਸੀਂ ਸਵੇਰੇ ਸਵੇਰੇ ਚਾਹ ਬਣਾ ਰਹੇ ਹੋ, ਚੋਣਾਂ ਦੁਆਰਾ ਆ ਗਈਆਂ ਅਤੇ ਸਾਡੇ ਤਾਂ ਬਿਜ਼ਨਸ 'ਤੇ ਚੰਗਾ ਹੋਏਗਾ, ਚਾਹ ਖੂਬ ਵਿਕ ਰਹੀ ਹੈ। ਕਿੰਨੇ ਕੱਪ ਚਾਹ ਵੇਚ ਲੈਂਦੇ ਹੋ ਰੋਜ਼? ਬਹਿ ਕੇ ਜਾਂਦਾ ਜੀ 100-150 ਕੱਪ 200। ਤੁਸੀਂ ਤਾਂ ਬੜੇ ਖੁਸ਼ ਹੋਵੋਗੇ ਚੋਣਾਂ ਆ ਗਈਆਂ। ਹਾਂਜੀ ਹਾਂਜੀ ਹਾਂਜੀ। ਅਤੇ ਵੋਟ ਪਾਉਣੀ ਹੈ? ਹਾਂਜੀ ਹਾਂਜੀ, ਵੋਟ ਪਾਉਣੀ ਹੈ। ਕਿਹਨੂੰ ਪਾਓਗੇ? ਇਹਨੂੰ ਸਿੱਧੂ ਨੂੰ ਪਾਵਾਂਗੇ। ਹਾਂ, ਸਿੱਧੂ ਨੂੰ ਪਾਵਾਂਗੇ। ਸਿੱਧੂ ਨੂੰ? ਹਾਂਜੀ ਹਾਂਜੀ ਹਾਂ। ਕਾਂਗਰਸ ਤੇ ਇੱਥੇ ਪਹਿਲੇ ਆਪ ਸੀਗੀ? ਆਪ ਸੀਗੀ। ਤੇ ਆਪ ਦੇ ਤੁਸੀਂ ਵੋਟ ਪਾਈ ਸੀਗੀ? ਨਹੀਂ ਨਹੀਂ, ਆਪਾਂ ਨਹੀਂ ਪਾਈ। ਤੁਸੀਂ ਸਿਰਫ ਕਾਂਗਰਸ ਨੂੰ ਹੀ ਵੋਟ ਪਾਉਂਦੇ ਹੋ? ਨਹੀਂ, ਪਹਿਲਾਂ ਅਸੀਂ ਪਾਉਂਦੇ ਸੀ ਬਹੁਜਨ ਸਮਾਜ ਪਾਰਟੀ ਨੂੰ ਪਾਈ ਹੈ ਪਹਿਲਾਂ, ਫਿਰ ਅਸੀਂ ਅਕਾਲੀ ਦਲ 'ਚ ਰਹੇ। ਅਕਾਲੀ ਦਲ ਵੀ ਐਤਕੀ ਰਾਮਿਆਲੀ 'ਚ ਵਾਪਸ ਆਏ ਨੇ, ਪਹਿਲਾਂ ਵੀ ਸੀਗੇ ਨੇ। ਹਾਂਜੀ ਹਾਂਜੀ ਹਾਂਜੀ। ਉਹਨਾਂ ਨੂੰ ਪਾਈ ਨਹੀਂ ਜੀ ਵੋਟ, ਪਾਈ ਪਹਿਲਾਂ ਪਾਈ ਜੀ ਅਕਾਲੀ ਦਲ। ਹੁਣ ਨਹੀਂ ਪਾਉਣਾ ਉਹਨਾਂ ਨੂੰ? ਨਹੀਂ ਨਹੀਂ, ਹੁਣ ਨਹੀਂ ਪਾਉਣੀ ਜੀ। ਕਿਉਂ? ਮੈਂ ਜਾਣ ਸਕਦੀ ਹਾਂ? ਨਹੀਂ ਵੀ ਉਹ ਕੰਮ ਤਾਂ ਕੋਈ ਕਰਦੇ ਨਹੀਂ ਜੀ। ਉਹ ਕਹਿੰਦੇ ਮੈਂ ਬੜੇ ਸਟੇਡੀਅਮ ਬਣਾਏ ਨੇ। ਉਹ ਸਟੇਡੀਅਮ ਨੂੰ ਕੀ ਕਰਨਾ, ਕੋਈ ਬੰਦਾ ਨੌਕਰੀ, ਸਾਡਾ ਮੁੰਡਾ ਯੂਨੀਵਰਸਿਟੀ ਲੱਗਿਆ ਹੋਇਆ, 12 ਸਾਲ ਹੋ ਗਏ, 13 ਸਾਲ ਪੱਕਾ ਹੀ ਨਹੀਂ ਕਰ ਰਹੇ। ਅਸੀਂ ਕਾਂਗਰਸ ਨੂੰ ਪਾਉਣੇ ਆ ਜੀ, ਤਾਂ ਹਰ ਵਾਰ ਹੁਣ ਵੀ ਪਾਓਗੇ? ਹਾਂਜੀ, ਹੁਣ ਵੀ ਪਾਵਾਂਗੇ। ਲੋਕ ਕਹਿੰਦੇ ਕਾਂਗਰਸ ਨੇ 2.5 ਸਾਲ ਕੰਮ ਨਹੀਂ ਕੀਤਾ, ਨਿਰਾਸ਼ਾ ਬੜੀ ਹੈਗੀ ਹੈ। ਇਹ ਤਾਂ ਫੁਲਕੇ ਸਾਹਿਬ ਨੇ ਜੀ ਕੰਮ ਕੀਤਾ, ਕਾਂਗਰਸ ਤਾਂ ਕਰਦੀ ਹੈ। ਫੁਲਕਾ ਸਾਹਿਬ ਕਹਿੰਦੇ ਮੈਂ ਬੜਾ ਕੰਮ ਕੀਤਾ ਹੈ, ਮੈਂ ਆਉਂਦੇ ਨਹੀਂ ਸੀ ਇੱਥੇ। ਨਹੀਂ ਆਉਂਦੇ ਜੀ। ਉਹਨਾਂ ਨੇ ਹੈਲਥ ਸੈਂਟਰ ਕਹਿੰਦੇ ਮੈਂ ਬਣਵਾਏ ਨੇ। ਕੋਈ ਨਹੀਂ, ਕੋਈ ਉਹਨਾਂ ਦਾ ਸੈਂਟਰ ਉੱਥੇ, ਬਸ ਕੋਈ ਨਹੀਂ ਹੈਗਾ, ਆਉਂਦੇ ਹੀ ਨਹੀਂ ਆ ਗਏ ਜੀ। ਇੱਥੇ ਕਾਂਗਰਸ ਤਾਂ ਰਹੀ ਨਹੀਂ, ਉਸ ਤੋਂ ਪਹਿਲੇ ਅਕਾਲੀ ਸੀਗੇ, ਅਤੇ ਅਕਾਲੀ ਕਹਿੰਦੇ ਅਸੀਂ ਸਟੇਡੀਅਮ ਬੜੇ ਬਣਾਏ ਹੈ। ਹਾਂਜੀ, ਉਹਨਾਂ ਨੇ ਬਣਾਏ ਜੀ, ਮਨਪ੍ਰੀਤ ਅਜਾਲੀ ਨੇ ਬਣਾਏ। ਹਾਂਜੀ, ਉਹਨਾਂ ਨੂੰ ਵੋਟ ਨਹੀਂ ਦਿਓਗੇ? ਵੋਟ ਦੇਖੋ ਜੀ, ਵੋਟ ਤਾਂ ਹੁਣ ਕਾਂਗਰਸ ਨੂੰ ਅਸੀਂ ਮੁੜ ਤੋਂ ਹੀ ਪਾਉਂਦੇ ਹਾਂ, ਕਾਂਗਰਸ ਨੇ ਪਾਈ ਸੀ। ਤੁਸੀਂ ਪਹਿਲਾਂ ਆਪ ਨੂੰ ਪਾਈ ਸੀ ਅਕਾਲੀ ਦਲ ਨੂੰ? ਅਕਾਲੀ ਦਲ ਤੋਂ ਪਹਿਲਾਂ ਹੀ ਪਾਉਂਦੇ ਹਾਂ। ਇੱਥੇ ਅੱਜ ਕੱਲ੍ਹ ਗੱਲਾਂ ਹੋ ਰਹੀਆਂ ਕਿ ਵੀ ਨਸ਼ਾ ਬਹੁਤ ਵੱਧ ਗਿਆ ਹੈ, ਨਸ਼ਾ ਕਦ ਤੋਂ ਵਧਿਆ ਹੋਇਆ ਇੱਥੇ?
ਨਸ਼ਾ ਤਾਂ ਬਹੁਤ ਦੇਰ ਤੋਂ ਵਧਿਆ ਜੀ। ਕਿੰਨੇ ਕੁ ਸਾਲ ਹੋ ਗਏ ਹੁਣ? ਹੋ ਗਏ 10 ਸਾਲ ਜੀ। ਤੇ ਕੋਈ ਸਰਕਾਰਾਂ ਬਦਲਣ ਨਾਲ ਕਟੌਤੀ ਨਹੀਂ ਹੋਈ? ਨਹੀਂ ਜੀ, ਕੋਈ ਨਹੀਂ ਹੋਈ, ਉੱਦਾਂ ਹੀ ਚੱਲਦਾ ਆ ਰਿਹਾ। ਦਾਖੇ ਵਿੱਚ ਨਸ਼ਾ ਬਹੁਤ ਵੱਧ ਰਿਹਾ, ਮਤਲਬ ਇੱਥੇ ਔਰਤਾਂ ਕਹਿ ਰਹੀਆਂ ਕਿ ਬਹੁਤ ਮੁਸ਼ਕਿਲ ਆਈ ਹੋਈ ਹੈ, ਤੁਹਾਨੂੰ ਕੀ ਮਹਿਸੂਸ ਹੁੰਦਾ ਹੈ? ਹਾਂ, ਇਹ ਤਾਂ ਬਿਲਕੁਲ ਸਹੀ ਗੱਲ ਹੈ। ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਹੈ ਉਹ ਮੈਡੀਕਲ ਨਸ਼ਾ ਜ਼ਿਆਦਾ ਲੂਜ ਕਰਦੇ ਆ। ਚਿੱਟਾ ਨਹੀਂ, ਮੈਡੀਕਲ ਕਰ ਰਹੇ ਨੇ? ਮੈਡੀਕਲ ਜ਼ਿਆਦਾ ਕਰ ਰਿਹਾ, ਚਿੱਟਾ ਵੀ ਜ਼ਿਆਦਾ ਕਰ ਰਿਹਾ। ਮਤਲਬ ਤੁਸੀਂ ਆਪ ਵੇਖਿਆ ਕਿੱਥੇ ਹੁੰਦੇ ਹੋਏ? ਜਿਵੇਂ ਗਲੀ ਮੁਹੱਲੇ 'ਚ ਤਾਂ ਹੁੰਦਾ ਹੀ ਹੈ, ਜਿਵੇਂ ਟੀਕੇ ਵਗੈਰਾ, ਮੈਡੀਕਲ ਉਮੀਦਵਾਰ ਆ ਰਹੇ ਨੇ ਤੁਹਾਡੇ, ਹੁਣ ਚੋਣਾਂ ਹੋ ਰਹੀਆਂ, ਵੇਖੋ ਕਿ ਸਰਕਾਰ ਜਦ ਤੱਕ ਮਦਦ ਨਹੀਂ ਕਰੇਗੀ ਜਾਂ ਨਹੀਂ ਜਾਏਗਾ, ਤੇ ਤੁਸੀਂ ਉਹਨਾਂ ਬਾਰੇ ਕੁਛ ਸੋਚਿਆ? ਕਿਹੜਾ ਉਮੀਦਵਾਰ ਹੈਗਾ ਜਿਹੜਾ ਇਸ ਬਾਰੇ ਕੁਛ ਕਰੇਗਾ? ਹੁਣ ਦੇਖੋ, ਇਹ ਨਸ਼ੇ ਕਦੋਂ ਸ਼ੁਰੂ ਹੋਏ? ਨਸ਼ੇ ਕਮ ਸੇ ਕਮ ਹੋ ਗਏ ਇਹਨਾਂ ਨੂੰ 8-10 ਸਾਲ ਤੇ, ਮਤਲਬ ਜ਼ਿਆਦਾ ਜ਼ਿਆਦਾ, ਮਤਲਬ ਓਵਰ ਸ਼ੁਰੂ ਤੋਂ ਹੀ ਦਾਖਲ ਰਹਿੰਦੇ ਹੋ? ਹਾਂਜੀ। ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਨਸ਼ੇ ਸੀਗੇ ਇੱਥੇ? ਨਹੀਂ ਨਹੀਂ ਸੀਗੇ। ਕੋਈ 10 ਸਾਲ ਤੋਂ ਹੀ? ਹਾਂਜੀ, 10 ਸਾਲ ਤੋਂ ਵੀ ਜ਼ਿਆਦਾ, ਜਿਵੇਂ ਓਵਰ ਹੋ ਗਏ। ਚੋਣਾਂ ਫਿਰ ਆ ਗਈਆਂ ਦਾਖਾ ਵਿੱਚ? ਆ ਗਈਆਂ ਜੀ। ਹੁਣ ਕਿੰਨੂੰ ਪਾਣੀ ਹੈ? ਸੰਦੀਪ ਸੰਧੂ। ਕਿਉਂ? ਕਿਉਂਕਿ ਜੇ ਸਰਕਾਰ ਇਹਨਾਂ ਦੀ ਹੈ ਤੇ ਕੰਮ ਇਹੀ ਕਰਾ ਸਕਦੇ। ਉਹ ਤਾਂ ਵਿਭਾਗ ਸਿਮਰਤ ਕਹਿ ਕੇ ਗਏ, ਮੈਂ ਸੈਂਟਰ ਤੋਂ ਪੈਸੇ ਭੇਜ ਦਾਂਗੀ। ਸੈਂਟਰ ਤੋਂ ਤਾਂ ਅੱਗੇ ਦੇਖੋ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸੀਗੇ ਜਾਲੀ ਸਾਹਿਬ, ਸੈਂਟਰ ਤੋਂ ਲੈ ਆਉਂਦੇ ਸੀ, ਹੁਣ ਸੈਂਟਰ ਤੋਂ ਲਿਆਉਣਾ ਤਾਂ ਔਖਾ ਕੰਮ। ਦੇਖੋ ਜੀ, ਆਹ ਪਿਛਲੇ ਜਦੋਂ ਦੇ 2.5 ਸਾਲ ਫੁਲਕਾ ਸਾਹਿਬ ਸੀਗੇ ਇੱਥੇ, ਉਹ ਕੋਈ ਵਿਕਾਸ ਨਹੀਂ ਹੋਇਆ। ਅੱਛਾ, ਫੁਲਕਾ ਸਾਹਿਬ ਉਹ ਕਹਿੰਦੇ ਕਿ ਮੈਂ ਬਹੁਤ ਕੰਮ ਕੀਤਾ ਹੈ, ਮੈਂ ਹੈਲਥ ਸੈਂਟਰ ਖੋਲ੍ਹੇ ਨੇ। ਦੇਖੋ ਜੀ, ਮੁੱਲਾਪੁਰ ਦੇ ਵਿੱਚ ਤਾਂ ਉਹਨਾਂ ਨੇ ਕੋਈ ਕੀਤਾ ਨਹੀਂ, ਕਿਸੇ ਪਿੰਡ 'ਚ ਕੋਈ ਕੀਤਾ ਹੋਵੇ ਤਾਂ ਅਸੀਂ ਕਹਿ ਨਹੀਂ ਸਕਦੇ। ਇਹ ਤੁਹਾਡੀਆਂ ਨਾਲੀਆਂ ਗਲੀਆਂ ਹਮੇਸ਼ਾ ਇੱਦਾਂ ਹੀ ਖੁੱਲ੍ਹੀਆਂ ਰਹੀਆਂ, ਇੱਕ ਅੱਧੀ ਬੰਦ ਜਿਹੜੇ ਵਾੜਾਂ ਦੇ ਵਿੱਚ ਤਾਂ ਬੰਦ ਹੋ ਚੁੱਕੀਆਂ ਜੀ। ਅੱਛਾ, ਵਾੜਾਂ ਦੇ ਵਿੱਚ ਤਾਂ ਬੰਦ ਹੋ ਚੁੱਕੀਆਂ, ਬਾਰ ਬਾਰ ਹਲੇ ਇੱਕ ਦੋ ਵਾੜ ਰਹਿੰਦੇ ਜਿਹਨਾਂ 'ਚ ਨਹੀਂ ਹੋਈਆਂ। ਜਿਵੇਂ ਤੁਹਾਨੂੰ ਵਿਖਾਇਆ ਦਾਖੇ ਵਿੱਚ ਹਾਂ, ਅਤੇ ਹੁਣ ਅਸੀਂ ਕੈਪਟਨ ਸੰਦੀਪ ਨਾਲ ਹਾਂ ਜੋ ਕਾਂਗਰਸ ਤੋਂ ਲੜ ਰਹੇ ਨੇ। ਕੈਪਟਨ ਸੰਦੀਪ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਅਤੇ ਇਹ ਪਹਿਲੀ ਵਾਰੀ ਵੇਖਿਆ, ਅਸੀਂ ਪਹਿਲੀ ਵਾਰੀ ਵੇਖਿਆ ਕੈਪਟਨ ਸੰਦੀਪ ਨੂੰ ਕੈਮਰੇ ਦੇ ਅੱਗੇ ਆਉਂਦੇ ਹੋ। ਹਮੇਸ਼ਾ ਦੇਖਿਆ ਕਿ ਜਿੱਥੇ ਵੀ ਕਾਂਗਰਸ ਦੀ, ਜਿਵੇਂ ਜਾਂ 2017 ਦੀ ਚੋਣ ਹੋਵੇ ਜਾਂ ਉਹ ਅੰਮ੍ਰਿਤਸਰ ਜਿੱਥੇ ਉਹਨਾਂ ਨੇ ਭਾਜਪਾ ਦੇ ਇੱਕ ਸੁਨਾਮੀ ਵਿਰੁੱਧ ਵੀ ਖੜਾ ਕਰਤਾ ਸੀਗਾ, ਕੈਪਟਨ ਅਮਰਿੰਦਰ ਨੂੰ ਅੰਮ੍ਰਿਤਸਰ ਜਿਤਾਇਆ ਸੀ, ਤੁਸੀਂ ਹਮੇਸ਼ਾ ਪਿੱਛੇ ਰਹੇ ਹੋ, ਅਤੇ ਇਸ ਵਾਰੀ ਅੱਗੇ ਆ ਕੇ ਕਿੱਦਾਂ ਲੱਗ ਰਿਹਾ ਹੈਗਾ? ਔਖਾ ਹੈ ਜੀ ਕੰਮ। ਤੁਸੀਂ ਜਦੋਂ ਅੱਗੇ ਆਉਂਦੇ ਯੂ ਰਿਲਾਈਜ਼ ਕਿ ਤੁਸੀਂ ਘੋੜੇ ਹੋਣ ਅਤੇ ਹੰਟਰ ਕਿਸੇ ਹੋਰ ਕੋਲ ਹੈ, ਉਹਦਾ ਜਿਵੇਂ ਦਿਲ ਕਰ, ਉਹ ਛੱਡਣਾ ਔਖਾ ਸੀਗਾ? ਨਹੀਂ, ਮੈਂ ਮਹਿਸੂਸ ਕਰਦਾ ਕਿ ਮੈਂ ਇਹ ਸੋਚ ਜਿਹੜੀ ਸੀ 12 ਸਾਲ ਪਹਿਲਾਂ ਹੀ ਇਹ ਰੱਖਣੀ ਚਾਹੀਦੀ ਸੀ। ਇੱਥੇ ਤੁਸੀਂ ਬਹੁਤ ਜ਼ਿਆਦਾ ਡਾਇਰੈਕਟਲੀ ਇਨਵੋਲਵ ਹੁੰਦੇ ਹੋ ਔਰ ਬਹੁਤ ਕੁਝ ਕਰ ਸਕਦੇ ਹੋ। ਸੋ ਇਹ ਚੇਂਜ ਕਿੱਦਾਂ ਆਈ ਫਰੋਮ, ਮਤਲਬ ਵਾਇਰਡ ਤੁਸੀਂ ਸੋਚਿਆ ਕਿੱਦਾਂ ਕਿ ਪੋਲਿਟਿਕਸ? ਮੈਂ ਤਾਂ ਉਦੋਂ ਵੀ ਨਹੀਂ ਸੋਚਿਆ ਸੀ ਜੀ, ਮੈਂ ਹੁਣ ਨਹੀਂ ਸੋਚਿਆ। ਕੈਪਟਨ ਸਾਹਿਬ ਦਾ ਹੁਕਮ ਹੋਇਆ CM ਸਾਹਿਬ ਦਾ, ਮੈਂ ਉਹਨਾਂ ਨੇ ਕਿਹਾ ਬੇਟਾ ਸੋਚ ਲਾ ਤੂੰ, ਮੈਂ ਕਿਹਾ ਜੀ ਤੁਸੀਂ ਦੱਸੋ, ਕਹਿੰਦੇ ਨੇ ਯੂ ਜੋ ਤੇਰੀ ਹੈਗੀ ਆ। ਮੈਂ ਉਹਨਾਂ ਨੇ ਕਿਹਾ ਆਈ ਐਮ ਓਕੇ ਵਿਦ ਇਟ, ਆਈ ਵਾਂਟ ਯੂ ਟੂ ਕੰਟੈਸਟ। ਮੈਂ ਕਿਹਾ ਸਰ ਵਾਈ ਨੋਟ ਦੈਨ। ਤੁਹਾਨੂੰ ਐਕਚੁਅਲੀ ਛੋਟਾ ਕੈਪਟਨ ਕਿਹਾ ਜਾਂਦਾ ਹੈ ਕਿ ਤੁਸੀਂ ਸਰਕਾਰ ਦੇ ਪਿੱਛੇ ਜਿਹੜਾ ਸਾਰਾ ਮਕੈਨਿਜ਼ਮ ਹੈ ਤੁਸੀਂ ਚਲਾਉਂਦੇ ਹੋ, ਅਤੇ ਅੱਜ ਦਾਖੇ ਵਿੱਚ ਜੋ ਹਾਲਾਤ ਨੇ, ਤੁਸੀਂ ਦਾਖੇ ਵਿੱਚ ਕੀ ਵੇਖ ਕੇ, ਮਤਲਬ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇੱਥੇ, ਕੀ ਚਲਾਉਣ ਦੀ ਜ਼ਰੂਰਤ ਹੈ? ਦਾਖਾ ਇੱਕ ਬੜਾ ਹੀ ਦੇਖੋ ਸੈਂਟਰ ਆਫ ਪੰਜਾਬ ਦੇ ਵਿੱਚ ਹੈ ਜੀ, 60-70 ਕਿਲੋਮੀਟਰ ਵਿੱਚ ਫੈਲਿਆ ਹੋਇਆ ਹਲਕਾ ਹੈ, 1,85,000 ਵੋਟਰਸ ਹੈ, ਪਰ ਬੇਸਿਕ ਜਿਹੜੇ ਗੱਲਾਂ ਡਿਵੈਲਪਮੈਂਟਸ ਦੀਆਂ ਕਰਦੇ ਆ, ਬੇਸਿਕ ਗੱਲਾਂ ਹੀ ਮਿਸ ਆਊਟ ਹੈ ਜੀ ਇੱਥੇ। ਨਾ ਇਹ ਸਬ ਡਿਵੀਜ਼ਨ ਹੈ, ਨਾ ਇੱਥੇ ਸਿਵਲ ਹੋਸਪਿਟਲ, ਨਾ ਇੱਥੇ ਗਵਰਨਮੈਂਟ ਕਾਲਜਸ, ਨਾ ਇੱਥੇ ਆਪਣਾ ਕੀ ਕਹਿੰਦੇ ਹੈਗੇ ਆ ਆਪਣਾ ਫਾਇਰ ਬ੍ਰਿਗੇਡ ਸਟੇਸ਼ਨ ਹੋਸਪਿਟਲ ਹੋ ਗਿਆ, ਹਾਂ ਨਾ ਸਿਵਲ ਹੋਸਪਿਟਲ ਇੱਥੇ। ਮੀਨ ਇਹ ਤਾਂ ਬੇਸਿਕ ਗੱਲਾਂ ਸੀ ਜਿਹੜੀਆਂ ਅੱਜ ਤੋਂ 15-20 ਸਾਲ 10 ਜਿਹੜੇ ਅੱਜ ਕਹਿੰਦੇ ਆ ਅਸੀਂ ਆਹ ਬਣਾਤਾ, ਪਹਿਲਾਂ ਆਹ ਬਣਾ ਦਿੰਦੇ ਫਿਰ ਉਹ ਬਣਾ ਲੈਂਦੇ। ਤੁਸੀਂ ਇੱਥੇ ਗੱਲ ਕਰ ਰਹੇ ਹੋ ਕਿ ਸਟੇਡੀਅਮ ਦੀ ਗੱਲ ਆ ਰਹੀ ਹੈ, ਕਿ ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜੇ ਇੱਥੋਂ ਦਾਖੇ ਤੋਂ MLA ਰਹਿ ਚੁੱਕੇ ਨੇ ਰਾਮਿਆਲੀ ਜੀ, ਉਹਨਾਂ ਨੇ ਵੀ ਹਾਂ, ਬਟ ਸਟੇਡੀਅਮ ਬਣੇ ਨੇ, ਪਰ ਤੁਸੀਂ ਕਹਿ ਰਹੇ ਹੋ ਮੁੱਢਲੀ ਕੋਈ ਚੀਜ਼ਾਂ ਨਹੀਂ ਹੈਗੀਆਂ। ਸਟੇਡੀਅਮ ਬਣੇ ਜੀ, ਸਟੇਡੀਅਮ ਖੇਡਣ ਵਾਲਿਆਂ ਦੇ ਕੰਮ ਕਰਤਾ। ਤੁਹਾਨੂੰ ਪਤਾ ਹੈ ਤੁਸੀਂ ਜਾਓਗੇ, ਇੱਕ ਕੁਐਸਚਨ ਮੇਰੀ ਰਿਕੁਐਸਟ ਆ ਹਰ ਬੰਦੇ ਨੂੰ ਪੁੱਛਣਾ ਕਿ ਇੱਥੇ ਕਿਸ ਕਿਸਮ ਦਾ ਚਿੱਟਾ ਦਰਿਆ ਵਗਿਆ। ਪਿੰਡ ਜਾਂਗਪੁਰ ਜਾਣਾ, ਪਿੰਡ ਤਲਵੰਡੀ ਜਾਣਾ, ਹੋਰ ਬੜੇ ਪਿੰਡਾਂ ਜਾਣਾ, ਇੱਕ ਇੱਕ ਪਿੰਡ 'ਚ 20-20 ਬੱਚੇ, ਪਰਿਵਾਰ ਬਰਬਾਦ, ਜਵਾਨੀਆਂ ਬਰਬਾਦ, ਕਿੱਥੇ ਸੀ ਉਦੋਂ ਆਪਣੀ ਡਿਊਟੀ ਕਿੱਥੇ ਸੀ? ਅੱਜ ਉਹ ਇਹ ਬੰਦੇ ਕਹਿੰਦੇ ਆ ਕਿ ਜੀ ਇੱਥੇ ਸਾਨੂੰ ਬੜਾ ਡਰ ਹੈ, ਇੱਥੇ ਧੱਕੇ ਹੋਣਗੇ, ਜਾਂ ਤਾਂ ਇੱਥੇ ਨੀਮ ਦਸਤੇ ਬੁਲਾ ਲਓ ਫੌਜ ਦੇ, ਨਹੀਂ ਤਾਂ ਅਸੀਂ ਜੀ ਇੱਥੇ ਠੀਕਰੀ ਪਹਿਰੇ ਲਾ ਕੇ ਰੋਕਾਂਗੇ ਜੇ ਕੋਈ ਇਹੋ ਜਿਹੀ ਗੱਲ ਹੋਈ। ਉਹ ਭਾਈ ਲਾਓ ਠੀਕਰੀ ਪਹਿਰੇ, ਰੋਕੋ ਹੁਣ ਵੀ, ਪਰ ਉਦੋਂ ਵੀ ਠੀਕਰੀ ਪਹਿਰੇ ਲਾ ਲੈਂਦੇ।
ਕਮ ਸੇ ਕਮ ਦਰਿਆ ਤਾਂ ਨਾ ਵਗਣ ਦਿੰਦੇ ਇੱਥੇ? ਉਹ ਹੁਣ ਜਿਵੇਂ ਦਰਿਆ ਦੀ ਜਿਹੜੀ ਮੈਂ ਨਸ਼ੇ ਤੁਸੀਂ ਗੱਲ ਛੇੜੀ ਹੈ, ਅਤੇ ਇਹ ਕੈਪਟਨ ਅਮਰਿੰਦਰ ਨੇ ਕਿਹਾ ਸੀਗਾ ਕਿ ਮੈਂ ਦਰਿਆ ਰੋਕਾਂਗਾ ਇਹ ਵਾਲਾ, ਉਹਨਾਂ ਵੱਲੋਂ ਹੈ ਕਿ ਮੈਂ ਰੋਕਿਆ, ਬਟ ਤੁਸੀਂ ਜਿਵੇਂ ਕਹਿ ਰਹੇ ਹੋ ਦਾਖੇ ਵਿੱਚ ਇੰਨਾ ਤੇਜ਼ ਵਗ ਰਿਹਾ ਹੈ। ਹੁਣ ਅਕਾਲੀ ਦਲ ਇਹੀ ਇਲਜ਼ਾਮ ਲਗਾ ਰਿਹਾ ਹੈ ਕਿ ਇਹ ਜੋ ਦਰਿਆ ਵਗਿਆ ਇਹ ਕਾਂਗਰਸ ਦੀ ਸ਼ੈ ਨਾਲ ਵਗ ਰਿਹਾ ਹੈਗਾ। ਸੋ ਇਹਦੀ 2007 ਤੋਂ ਲੈ ਕੇ 2017 ਅਤੇ ਉਸ ਤੋਂ ਪਹਿਲਾਂ ਦਾ ਸਮਾਂ ਮੈਨੂੰ ਦੱਸੋ ਕਿ ਇੱਕ ਵਾਰੀ ਵੀ ਤੁਸੀਂ ਇਹ ਸੁਣਿਆ ਹੋਵੇ ਨਸ਼ੇ ਦਾ ਕੰਮ ਇਹੋ ਜਿਹਾ। 7 ਤੇ 17 ਵਿੱਚ ਇਹ ਚੀਜ਼ ਆਈ, CM ਸਾਹਿਬ ਨੇ ਸਹੁੰ ਚੱਕੀ। ਆਪਾਂ ਸਹੁੰ ਨਿਮਰਤ ਜੀ ਕਦੋਂ ਚੱਕਦੇ ਹਾਂ? ਜਦੋਂ ਆਪਾਂ ਕਿਸੇ ਕੰਮ ਲਈ ਇੱਕ ਦ੍ਰਿੜ ਨਿਸ਼ਚੈ, ਇੱਕ ਸੱਚੀ ਸੋਚ ਰੱਖ ਕੇ ਚੱਲਦੇ ਹਾਂ ਤਾਂ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈਂਦੇ ਹਾਂ। ਉਸ ਓਟ ਮਤਲਬ ਇੱਥੇ ਪਤਾ ਲੱਗਦਾ ਉਹਨਾਂ ਦੀ ਸਿੰਸੈਰਿਟੀ। ਜਦੋਂ ਕਿਸੇ ਚੀਜ਼ ਦਾ ਓਟ ਆਸਰਾ ਲੈਂਦੇ ਹਾਂ, ਜੋ ਉਸ ਲਈ ਸਹੁੰ ਖਾਂਦੇ ਹੋ ਕਿ ਮੈਂ ਇੱਕ ਮਹੀਨੇ ਵਿੱਚ, ਮਤਲਬ ਉਹਨਾਂ ਦੀ ਰਿਅਲਾਈਜੇਸ਼ਨ ਇਹ ਸੀ ਯਾਰ ਵੀ ਜੇ ਮੈਂ ਮਾੜਾ ਜਿਹਾ ਵੀ ਲੇਟ ਹੁੰਦਾ ਤਾਂ ਹੋਰ ਮੈਂ ਬਰਬਾਦੀ ਜਿਹੜੀ ਹੈਗੀ ਹੈ ਹੋਰ ਹੋ ਗਈ ਬੱਚਿਆਂ ਦੀ। ਉਹਨਾਂ ਨੇ ਕਿਹਾ ਵੀ ਮੈਂ ਇੱਕ ਮਹੀਨੇ ਵਿੱਚ ਨਸ਼ੇ ਦਾ ਲੱਕ ਤੋੜ ਦਿਆਂਗਾ। ਗਵਰਨਮੈਂਟ ਆਈ, ਗਵਰਨਮੈਂਟ ਆ ਕੇ ਤੁਸੀਂ ਓਪੋਜੀਸ਼ਨ 'ਚ ਹੁੰਦੇ, ਤੁਸੀਂ ਬਹੁਤ ਗੱਲਾਂ ਸੁਣਦੇ ਹੋ। ਜਦੋਂ ਸਰਕਾਰ ਆ ਜਾਂਦੀ ਹੈ ਤੁਹਾਨੂੰ ਸਭ ਕੁਝ ਪਤਾ ਲੱਗਦਾ ਵੀ ਸਰਕਾਰ ਵਿੱਚ ਕੀ ਹੋ ਰਿਹਾ ਸੀ, ਕਿਸ ਕਿਸਮ ਦੀ ਪੈਟਰਨਾਈਜੇਸ਼ਨ ਹੋ ਰਹੀ ਸੀ, ਕੌਣ ਇਸ 'ਚ ਰਲਿਆ ਸੀ। ਸਿੱਟ ਬਣੀ, ਸਿੱਟ ਇੱਕ ਸਪੈਸ਼ਲ ਟੀਮ ਬਣ ਗਈ, ਉਹਦਾ ਹੈੱਡ ਬਣਾ ਤਾ ਇੱਕ ਇਹੋ ਜਿਹਾ ਇਨਸਾਨ ਜਿਹਦਾ ਬਾਰੇ ਕਿਹਾ ਜਾਂਦਾ ਕਿ ਵੀ ਜਿੱਥੇ ਉਹ ਜਿਹੜਾ ਉਹਨੂੰ ਕੰਮ ਦਿੱਤਾ ਜਾਂਦਾ ਬੜਾ ਸੁਚੱਜੇ ਢੰਗ ਨਾਲ ਨਿਭਾਉਂਦਾ। ਉਸ ਤੋਂ ਬਾਅਦ ਮੈਂ ਮਹਿਸੂਸ ਕਰਦਾ, ਅੱਜ ਮੈਂ ਤੁਹਾਨੂੰ ਦਾਖੇ ਦੀ ਗੱਲ ਕੀਤੀ, ਦਰਿਆ ਨਹੀਂ ਵਗ ਰਹੇ, ਦਰਿਆ ਵਗੇ ਸੀ। ਨਸ਼ਾ ਹੈ, ਨਸ਼ੇ ਦਾ ਆਉਣ ਦਾ ਤਰੀਕਾ ਬਦਲ ਗਿਆ, ਕੋਈ ਦਿੱਲੀਓਂ ਆ ਰਿਹਾ, ਕਿਤੇ ਜੰਮੂ ਕਸ਼ਮੀਰ ਤੋਂ ਆ ਰਿਹਾ। ਇਸੇ ਕਰਕੇ CM ਸਾਹਿਬ ਨੇ ਇਹ ਆਖਿਆ, ਜਿਹੜੇ ਜਦੋਂ ਆ ਮੁੱਖ ਮੰਤਰੀਆਂ ਦੀ ਉਹਨਾਂ ਨੇ ਮੀਟਿੰਗ ਬੁਲਾਈ, ਨੈਸ਼ਨਲ ਡਰੱਗ ਪੋਲਿਸੀ ਦੀ ਗੱਲ ਕੀਤੀ, ਉਹ ਕਹਿੰਦੇ ਚੱਲ ਯਾਰ ਨੈਸ਼ਨਲ ਡਰੱਗ ਪੋਲਿਸੀ ਵੇਟ ਕਰ ਸਕਦੀ ਆ, ਆਪਾਂ ਤਾਂ ਮੁੱਖ ਮੰਤਰੀ ਇਕੱਠੇ ਹੋਈਏ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ ਅਤੇ ਪੰਜਾਬ ਅਤੇ ਦਿੱਲੀ। ਕੇਜਰੀਵਾਲ ਸਾਹਿਬ ਜਿਹੜੇ ਇੱਥੇ ਇਲੈਕਸ਼ਨਾਂ 'ਚ 2017 'ਚ ਕੀ ਵਾਅਦੇ ਕਰਕੇ ਗਏ ਸੀ, ਉਹ ਮੀਟਿੰਗ 'ਚ ਆਏ ਹੀ ਨਹੀਂ। ਜਦਕਿ ਮੂਵਮੈਂਟ ਆਫ ਡਰੱਗਸ ਜਿਹੜੀ ਹੈਗੀ ਆ, ਜਿਹੜੇ ਆਪਾਂ ਨਾਈਜੀਰੀਅਨਸ ਰੋਜ਼ ਫੜ ਰਹੇ ਹਾਂ, 90% ਉਹ ਦਿੱਲੀ ਵਾਲੇ ਪਾਸਿਓਂ ਆ ਰਹੇ ਆ। ਸੋ ਲੁੱਕ ਐਟ ਦ ਸਿੰਸੈਰਿਟੀ ਆਫ ਦ ਮੈਨ, ਮਤਲਬ ਬੰਦਾ ਜਿਹੜਾ ਮੁੱਖ ਮੰਤਰੀ ਸਾਹਿਬ ਹੈਗੇ ਆ, ਉਹਨਾਂ ਦੇ ਸੋਚ ਔਰ ਉਹਨਾਂ ਦੀ ਕੋਸ਼ਿਸ਼ ਦੇ ਵਿੱਚ ਕੋਈ ਕਮੀ ਨਹੀਂ। ਅੱਤਵਾਦ ਸੀ, ਕਿੰਨੇ ਸਾਲ ਚੱਲਿਆ, ਬਥੇਰੇ DGP ਆਏ, ਹਰ DGP ਨੇ ਕੋਸ਼ਿਸ਼ ਕੀਤੀ। ਉਦੋਂ ਉਹ ਅੱਤਵਾਦ ਖਤਮ ਹੋਇਆ ਜਦੋਂ ਲੋਕ ਸਾਰੇ ਰਲ ਗਏ, ਜਦੋਂ ਲੋਕਾਂ ਨੇ ਮਹਿਸੂਸ ਕੀਤਾ ਬਹੁਤ ਹੋ ਗਿਆ ਬਈ, ਲੋਕਾਂ ਨੇ ਉਹ ਲੋਕ ਲਹਿਰ ਬਣਾਤੀ। ਨਿਮਰਤ ਜੀ, ਮੈਂ ਇਹਨੂੰ ਚਿੱਟਾ ਅੱਤਵਾਦ ਮੰਨਦਾ। ਜਿੰਨਾ ਚਿਰ ਲੋਕ, ਮਾਵਾਂ, ਧੀਆਂ ਜਿਹੜੀਆਂ ਬੱਚਿਆਂ ਦੀਆਂ ਗੱਲਾਂ ਲੁਕੋ ਕੇ ਛੁਪਾ ਕੇ ਰੱਖ ਜਾਂਦੀਆਂ ਕਿਉਂਕਿ ਲਾਡਲੇ ਹੁੰਦੇ ਆ, ਉਹਨਾਂ ਨੇ ਇਹ ਮਹਿਸੂਸ ਕੀ ਨਾ ਕੀਤਾ ਸ਼ੁਰੂ ਕੀਤਾ। ਮੈਂ ਹੁਣ ਜਾਣਦਾ ਜਿਸ ਕਿਸਮ ਦੀਆਂ ਬੀਬੀਆਂ ਨੇ, ਭੈਣਾਂ ਨੇ, ਮਾਵਾਂ ਨੇ ਗੱਲਾਂ ਕੀਤੀਆਂ, ਉੱਥੋਂ ਹੀ ਗੱਲਾਂ ਆਈਆਂ ਮੇਰੇ ਕੋਲ, ਮੈਂ ਕੋਈ ਬਣਾ ਕੇ ਨਹੀਂ ਤੁਹਾਨੂੰ ਦੱਸ ਰਿਹਾ। ਉਹ ਕਹਿੰਦੀਆਂ ਭਾਈ ਅਸੀਂ ਤੇਰਾ ਸਾਥ ਦੇਵਾਂਗੀਆਂ, ਇਹ ਖਤਮ ਕਰ ਕਿਸੇ ਤਰੀਕੇ ਨਾਲ, ਹਜੇ ਵੀ ਸਾਡੇ ਮੁੰਡਿਆਂ ਨੂੰ ਕਿਤੇ ਨਾ ਕਿਤੇ ਮਿਲ ਜਾਂਦਾ। ਵੱਡਾ ਇਲਜ਼ਾਮ ਪਿਆ ਹੈ ਕਾਂਗਰਸ 'ਤੇ ਕਿ ਵੀ ਇਹ ਅੱਜ ਸ਼ਾਇਦ ਹੈ, ਤੁਸੀਂ ਇਹ ਬੜੀ ਯਕੀਨ ਨਾਲ ਕਹਿ ਸਕਦੇ ਕਿ ਕੋਈ ਕਾਂਗਰਸ ਦਾ ਨੇਤਾ ਇਹਦੇ ਵਿੱਚ ਕਿਸੇ ਬਾਰੇ ਇੱਕਦਮ ਕਾਇਮ ਕਰ ਦੇਣਾ? ਮੈਂ ਦੱਸਦਾ ਕਿ ਕੋਈ ਕਾਂਗਰਸ ਦਾ ਲੀਡਰ ਕਿਸੇ ਵੀ ਹਲਕੇ ਵਿੱਚ ਇਸ ਚੀਜ਼ ਨੂੰ ਪੇਟਰਨਾਈਜ਼ ਨਹੀਂ ਕਰ ਰਿਹਾ, ਕੋਈ ਵੀ। ਤੁਸੀਂ ਬੜੇ ਯਕੀਨ ਨਾਲ 100% ਯਕੀਨ ਨਾਲ ਕਹਿ ਸਕਦਾ ਹੈਗਾ। ਜੇ ਕੋਈ ਛੋਟੇ ਲੈਵਲ 'ਤੇ ਕੋਈ ਪਿੰਡ 'ਚ ਕੋਈ ਬੰਦਾ ਹੋਵੇ, ਹੋ ਸਕਦਾ, ਪੋਸੀਬਿਲਿਟੀ ਹੈ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਦੋਂ ਲੋਕ ਲਹਿਰ ਬਣ ਗਈ ਨਾ ਜੀ, ਇਹ ਜਿਹੜੀ ਇਹੋ ਜਿਹੀਆਂ ਚੀਜ਼ਾਂ ਜਿਹੜੇ ਬੰਦੇ ਹੁਣ ਸਪਲਾਈ ਕਰਦੇ ਫਿਰਦੇ ਆ ਜਾਂ ਆਪ ਵੀ ਕੰਜ਼ਿਊਮ ਕਰਦੇ ਆ, ਤੁਸੀਂ ਦੇਖਿਓ ਸੀ ਵੀ ਆਪਾਂ ਦਿਨਾਂ 'ਚ ਖਤਮ ਕਰ ਲਾਂਗੇ, ਬਟ ਵਿਦ ਕੰਪਲੀਟ ਐਂਡ ਡੈਡੀਕੇਟਡ ਸਪੋਰਟ ਆਫ ਪਬਲਿਕ। ਤੁਹਾਡੇ ਲੋਕ ਵੇਟ ਕਰ ਰਹੇ ਆ, ਅਸੀਂ ਇਸ ਤੋਂ ਬਾਅਦ। ਠੀਕ ਹੈ ਜੀ, ਧੰਨਵਾਦ। ਇਲਜ਼ਾਮਾਂ ਤਾਂ ਸ਼ੁਰੂ ਕਰਦੇ ਹਾਂ ਕਿ ਜੋ ਤੁਹਾਡੇ 'ਤੇ ਇਲਜ਼ਾਮ ਲੱਗ ਰਹੇ ਨੇ, ਪਹਿਲਾ ਇਲਜ਼ਾਮ ਇਹ ਲੱਗਿਆ ਕਿ ਤੁਸੀਂ ਬਾਹਰ ਤੋਂ ਆਏ ਹੋ, ਦਾਖੇ ਦੇਣੇ ਹੋ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਜੀ, ਜੰਮਣਾ ਅਤੇ ਮਰਨਾ ਕਿਸ ਦੇ ਹੱਥ 'ਚ ਨਹੀਂ ਹੁੰਦਾ। ਮੈਂ ਬਿਲਕੁਲ ਜੰਮਪਲ ਦਾਖੇ ਦਾ ਨਹੀਂ, ਸੱਚੇ ਪਾਤਸ਼ਾਹ ਦੀ ਤਾਂ ਮਰਜ਼ੀ ਸੀ ਜਾਂ ਮੇਰੇ ਮਾਂ ਪਿਓ ਦੀ ਸੋਚ ਹੋਣੀ ਚਾਹੀਦੀ ਸੀ, ਭਾਈ ਮੁੰਡਾ ਵੱਡਾ ਹੋ ਕੇ ਦਾਖਿਓਂ ਲੜੂਗਾ ਅਤੇ ਆਪਾਂ ਦਾਖੇ ਕਿਉਂ ਨਾ ਚੱਲੀਏ। ਪਰ ਜਿਹੜੀ ਕਰਮ ਭੂਮੀ ਹੈ, ਜਿਹੜੀ ਡਿਊਟੀ ਕਰਨ ਵਾਲੀ ਥਾਂ ਹੈ, ਉਹ ਮੈਂ ਤੈਅ ਕਰ ਸਕਦਾ ਔਰ ਮੈਂ ਤੈਅ ਕਰ ਲਈ ਹੈ। ਔਰ ਜਿਸ ਤਰੀਕੇ ਨਾਲ ਮੈਨੂੰ ਦਾਖੇ ਵਾਲਿਆਂ ਨੇ ਪਿਆਰ ਜਾਂ ਜਿਸ ਕਿਸਮ ਦਾ ਹੁੰਗਾਰਾ ਦਿੱਤਾ ਜੀ, ਮੈਂ ਤਾਂ ਇਹ ਸੋਚਦਾ ਕਿ ਇਹ ਗੱਲ ਮੈਂ 12 ਸਾਲ 15 ਸਾਲ ਪਹਿਲਾਂ ਕਿਉਂ ਨਹੀਂ ਸੋਚੀ।
ਤੀਸਰੀ ਗੱਲ, ਮਰਨਾ ਵੀ ਕਿਸੇ ਦੇ ਹੱਥ 'ਚ ਨਹੀਂ ਨਿਮਰਤ ਜੀ। ਪਰ ਮੈਂ ਹਰ ਥਾਂ 'ਤੇ ਗੱਲ ਕਹਿੰਦਾ ਕਿ ਸੱਚੇ ਪਾਤਸ਼ਾਹ ਜਿੱਦਣ ਇੱਥੋਂ ਲੈ ਕੇ ਜਾਵੇ ਉਦੋਂ ਦਾਖੀ ਬੈਠਾ ਕਿਸੇ ਦਾ ਕੰਮ ਕਰ ਰਿਹਾ ਹੋਵਾਂ, ਐਵੇਂ ਕਿਸੇ ਹੋਰ ਕੰਮ 'ਚ ਜਾਂ ਕਿਸੇ ਹੋਰ ਗੱਲ 'ਚ ਕਿਤੋਂ ਬਾਹਰ ਨਾ ਹੋਵਾਂ। ਇੱਕ ਇਲਜ਼ਾਮ ਲੱਗਿਆ ਤੁਸੀਂ ਆਪਣੀ ਜਿਹੜੀ ਸਿਆਸੀ ਤਾਕਤ ਹੈ ਉਸਨੂੰ ਪੁਲਿਸ ਉਹੋ ਜਿਹੇ ਅਫਸਰ ਲਗਾ ਕੇ ਆਪਣੇ ਵੱਲ ਲੋਕਾਂ ਨੂੰ ਡਰਾ ਕੇ ਵੋਟ ਪਵਾਉਣ ਦੀ ਕੋਸ਼ਿਸ਼ ਕਰ ਰਹੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਨਿਮਰਤ ਜੀ, ਇਸ ਤਰ੍ਹਾਂ ਕਿ ਕਾਂਗਰਸ, ਮੈਂ ਤੁਹਾਨੂੰ ਪਤਾ ਮੈਂ ਜਿਮਨੀ ਚੋਣਾਂ 'ਚ ਹਮੇਸ਼ਾ ਹਿੱਸਾ ਪਾਇਆ ਜਦੋਂ ਸਰਕਾਰ ਨਹੀਂ ਵੀ ਸੀਗੀ ਅਤੇ ਜਦੋਂ ਸਰਕਾਰ ਸੀਗੀ ਵੀ ਜਾਂ ਹੁਣ ਹੈਗੀ ਹੈ। ਇਹ ਜਿਹੜੀਆਂ ਆਦਤਾਂ ਹੈਗੀਆਂ ਨਾ ਜਿਮਨੀ ਚੋਣ ਦੇ ਵਿੱਚ ਪ੍ਰੈਸ਼ਰ ਪਾਉਣ ਵਾਲੀਆਂ, ਦਬਕਾਉਣ ਵਾਲੀਆਂ, ਧਮਕਾਉਣ ਵਾਲੀਆਂ, ਇਹ ਉਹਨਾਂ ਪਾਰਟੀਆਂ ਦਾ ਜਾਂ ਲੀਡਰਾਂ ਦਾ ਤਰੀਕਾ ਹੈਗਾ ਜਿਮਨੀ ਚੋਣ ਜਿੱਤਣ ਦਾ। ਤੁਹਾਡੇ ਸਾਹਮਣੇ ਹੈਗੇ, ਤੁਹਾਨੂੰ ਡਰ ਪਿਆ ਕਿੱਥੇ ਦਿਖ ਰਿਹਾ? ਤੁਹਾਨੂੰ ਬਹੁਤ ਜਗ੍ਹਾ 'ਤੇ ਅਕਾਲੀ ਝੰਡੇ ਦਿਖਣਗੇ। ਇਹ ਤੁਸੀਂ ਯਾਦ ਕਰੋ, ਜਿਮਨੀ ਚੋਣਾਂ ਮੋਗੇ ਦੀਆਂ, ਧੂਰੀ ਦੀਆਂ, ਆਪਣਾ ਕੀ ਕਹਿੰਦੇ ਹੈਗੇ ਦਸੂਏ ਦੀਆਂ, ਝੰਡਾ ਤਾਂ ਛੱਡੋ, ਬੰਦਾ ਨਹੀਂ ਨਿਕਲ ਦਿੰਦੇ ਸੀਗੇ। ਸੋ ਆਪਦਾ ਉਹਨਾਂ ਨੂੰ ਕੋਈ ਡਰ ਹੈਗਾ ਇਸ ਗੱਲ ਦਾ, ਸੋ ਉਸ ਦੀ ਤਿਆਰੀ ਕਰ ਰਹੇ ਆ। ਅੱਜ ਜੋ ਨੌਜਵਾਨ ਪੀੜ੍ਹੀ ਆ ਰਹੀ ਹੈ, ਦੇ ਆਰ ਉਹ ਇੱਕ ਵੱਖਰੀ ਸਿਆਸਤ ਵੇਖਣਾ ਚਾਹੁੰਦੇ ਨੇ ਕਿ ਚਲੋ ਚੋਣਾਂ ਵਿੱਚ ਆਉਂਦੇ ਆ, ਵਾਅਦੇ ਕਰਦੇ ਚਲੇ ਜਾਂਦੇ ਆ, ਤੁਸੀਂ ਉਹ ਵੱਖਰੀ ਸਿਆਸਤ, ਬਿਕੋਜ਼ ਮੈਂ ਤੁਹਾਨੂੰ ਇਸ ਲਈ ਪੁੱਛਣੀ, ਤੁਸੀਂ ਇੱਕ ਪ੍ਰੋਫੈਸ਼ਨਲ ਬੈਕਗਰਾਊਂਡ ਤੋਂ ਆਏ, ਤੁਸੀਂ ਮਰਚੈਂਟ ਨੇਵੀ ਵਿੱਚ ਕੰਮ ਕੀਤਾ, ਤੁਸੀਂ ਤੁਸੀਂ ਸ਼ਿਪ ਦੇ ਕੈਪਟਨ ਰਹਿ ਚੁੱਕੇ ਹੋ, ਸੋ ਯੂ ਨੋ ਤੁਸੀਂ ਉਹ ਪ੍ਰੋਫੈਸ਼ਨਲਿਜ਼ਮ ਨੂੰ ਸਿਆਸਤ ਵਿੱਚ ਕਿੱਦਾਂ ਲੈ ਕੇ ਆਓਗੇ? ਮੈਂ ਦੱਸਦਾ ਜੀ, ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਜੀ, ਸਭ ਤੋਂ ਵੱਡੀ ਪ੍ਰੋਬਲਮ ਹੈ ਜਦੋਂ ਚੋਣਾਂ ਅਨਾਊਂਸ ਹੋ ਜਾਂਦੀਆਂ ਨਾ ਜੀ, ਰਿਸ਼ਤੇ ਨਾਤੇ ਉਸ 15 ਦਿਨਾਂ 'ਚ ਬਣਨੇ ਸ਼ੁਰੂ ਹੁੰਦੇ ਆ, ਧਰਨੇ ਉਸ ਟਾਈਮ ਲੱਗਦੇ ਆ, ਕੰਮ ਉਸ ਟਾਈਮ ਕਰਾਉਣ ਆਉਂਦੀ ਦੁਨੀਆ, ਅਤੇ ਸਿਆਸਤਦਾਨ ਵੀ ਉਵੇਂ ਹੋ ਚੁੱਕੇ ਆ ਕਿ ਭਾਈ ਠੀਕ ਆ 15 ਦਿਨ ਜੇ ਇਹਨਾਂ ਦੀ ਹਰ ਗੱਲ ਮੰਨਣੀ ਹੈ, ਇਹਨਾਂ 'ਤੇ ਕੋਈ ਗੁੱਸਾ ਗਿਲਾ ਨਹੀਂ ਕਰਨਾ, ਕੱਢ ਲਓ ਔਖੇ ਸੌਖੇ 15 ਦਿਨ। ਮੈਂ ਮਹਿਸੂਸ ਕਰਦਾ ਕਿ ਤੁਹਾਨੂੰ ਜਿਹੜੀ ਐਸੋਸੀਏਸ਼ਨ ਹੈ ਉਹ ਲੰਬੀ ਰੱਖਣੀ ਚਾਹੀਦੀ ਹੈ, ਸ਼ੁਰੂ ਕਰੋ। ਮੈਂ ਤਾਂ ਬੱਚਿਆਂ ਨੂੰ ਇਹ ਗੱਲ ਕਹਿੰਦਾ, ਯੂਥ ਬਹੁਤ ਆ ਕੇ ਮਿਲ ਰਿਹਾ, ਬਹੁਤ ਪਿਆਰ ਦੇ ਰਿਹਾ ਹਰ ਇੱਕ ਨੂੰ। ਮੈਂ ਕਹਿੰਦਾ ਦੇਖੋ ਬਾਈ, ਮੈਂ ਤੁਸੀਂ 150 ਬੰਦਾ ਖੜ੍ਹੇ ਹੋ, ਮੈਂ ਨਹੀਂ ਸਾਰਿਆਂ ਨੂੰ ਯਾਦ ਰੱਖ ਸਕਦਾ, ਤੁਹਾਡਾ ਜਿਹੜਾ ਵੀ ਇੱਕ ਲੀਡਰ ਭਰਾ ਹੈ ਉਹ ਮੇਰੇ ਨਾਲ ਰਾਬਤਾ ਰੱਖੇ, ਅਤੇ ਨਾਲੇ ਇਹ 10 ਦਿਨ ਵਾਲੀ ਖੇਡ ਨਾ ਬਣਾਇਓ, ਇਹਨੂੰ ਇੱਕ ਆਪਾਂ ਤੁਸੀਂ ਵਰਤ ਕੇ ਸਾਰੇ ਦੇਖ ਲਏ, ਹੁਣ ਤੁਸੀਂ ਜੇ ਮੇਰੇ ਕੋਲ ਆ ਗਏ ਹੋ ਅੱਜ ਤਾਂ ਮੈਨੂੰ ਵੀ ਵਰਤ ਕੇ ਦੇਖ ਲਓ, ਪਤਾ ਲੱਗ ਜੂਗਾ ਵੀ ਮੈਂ ਕਿਸ ਕਿਸਮ ਦਾ ਇਨਸਾਨ ਹੈ। ਸੋ ਇਹ 'ਚ ਭਾਵੇਂ ਪ੍ਰੋਫੈਸ਼ਨਲਿਜ਼ਮ ਕਹਿ ਲਓ, ਭਾਵੇਂ ਇਮੋਸ਼ਨਸ ਕਹਿ ਲਓ, ਭਾਵੇਂ ਫਰੋਮ ਦਾ ਸੋਸ਼ਲ ਪਰਸਪੈਕਟਿਵ ਕਹਿ ਲਓ, ਬਟ ਜੇ ਤੁਸੀਂ ਆਪਦੀ ਜਿਹੜੀ ਐਸੋਸੀਏਸ਼ਨ ਹੈਗੀ ਹੈ ਬੱਚਿਆਂ ਨਾਲ ਜਾਂ ਜਿੱਥੇ ਦੇ ਵੀ ਤੁਸੀਂ ਕੰਮ ਕਰ ਰਹੇ ਹੋ, ਜੇ ਉਹਨੂੰ ਪ੍ਰੈਕਟੀਕਲ ਅਤੇ ਟਰਾਂਸਪੇਰੈਂਟ ਰੱਖੋਗੇ, ਮੇਰੇ ਹਿਸਾਬ ਨਾਲ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ ਜੀ। ਅਤੇ ਤੁਹਾਡੀ ਜਿਹੜੀ ਸ਼ਿਪ ਸੀ ਕਦੀ ਸਿੰਕ ਨਹੀਂ ਕੀਤੀ, ਸੋ ਯੂ ਆਰ ਆਲਵੇਜ਼ ਦਾ ਕੈਪਟਨ ਆਫ ਦਾ ਸੇਲਿੰਗ ਸ਼ਿਪ, ਸੋ ਹਾ ਉਹ ਤੁਸੀਂ ਕੀ ਕਰੋਗੇ ਇਹੋ ਜਿਹਾ ਜੋਕ ਤਾਂ ਕਿ ਦਾਖਾ ਉਸ ਸ਼ਿਪ ਵਾਂਗ ਇੱਕਦਮ ਚਮਕਿਆ ਪ੍ਰਿਸਟੀਨ, ਔਰ ਯੂ ਨੋ ਉਹਨੂੰ ਇੱਕਦਮ ਆਪਣੇ ਡੌਕ 'ਤੇ ਸਹੀ ਸਲਾਮਤ ਕਿੱਦਾਂ ਲੈ ਕੇ ਆਓਗੇ? ਸੀ ਆਈ ਵੈਦਰਡ ਮੈਨੀ ਸਟ੍ਰੋਮਸ ਇਨ ਲਾਈਫ, ਪਰਸਨਲ ਲਾਈਫ, ਇਨ ਮਾਈ ਪ੍ਰੋਫੈਸ਼ਨਲ ਲਾਈਫ, ਐਂਡ ਈਵਨ ਇਨ ਪੋਲੀਟੀਕਲ ਲਾਈਫ ਆਲਸੋ। ਗੋਡ ਹੈਜ਼ ਬੀਨ ਵੈਰੀ ਕਾਇੰਡ, ਸੱਚੇ ਪਾਤਸ਼ਾਹ ਦੀ ਮਿਹਰ ਰਹੀ ਹੈ। ਜਦੋਂ ਤੁਸੀਂ ਕੋਈ ਵੀ ਕੰਮ ਫਰਜ਼ ਸਮਝ ਕੇ ਜਜ਼ਬੇ ਨਾਲ, ਓਨੈਸਟੀ ਨਾਲ ਅਤੇ ਟਾਈਮ ਦੇ ਕੇ ਕਰੋ, ਫਲ ਉਹਨੇ ਦੇਣਾ ਸੱਚੇ ਪਾਤਸ਼ਾਹ ਨੇ, ਉਹਦੀ ਮਿਹਰ ਹੋਣੀ ਚਾਹੀਦੀ ਹੈ, ਉਹ ਤੁਹਾਡੇ 'ਤੇ ਆਪਦੀ ਨਜ਼ਰ ਹਮੇਸ਼ਾ ਰੱਖੇ, ਸਵਾਲੀ ਰਮਰ ਨਜ਼ਰ ਰੱਖੇ, ਔਰ ਲੋਕਾਂ ਦਾ ਸਾਥ ਹੋਵੇ, ਕਿਉਂਕਿ ਜਿਹੜੇ ਕੰਮ ਆਹ ਹੁਣ ਸ਼ੁਰੂਆਤ ਮੈਂ ਆਪਦੀ ਜ਼ਿੰਦਗੀ ਦੀ ਆਹ ਪੜਾਅ ਲੈ ਰਿਹਾ, ਇਹਦੇ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਜੀ। ਔਰ ਜੇ ਤੁਸੀਂ ਲੋਕਾਂ ਨਾਲ ਸੱਚਾਈ ਨਾਲ ਪੇਸ਼ ਆਓ, ਤੁਹਾਡੇ ਵਿੱਚ ਕਹਿਣ ਦੀ ਨਿਮਰਤ ਜੀ ਹਿੰਮਤ ਹੋਣੀ ਚਾਹੀਦੀ ਹੈ ਕਿ ਭਾਈ ਆਹ ਮੈਂ ਨਹੀਂ ਕਰ ਸਕਦਾ ਜਾਂ ਇਹ ਨਹੀਂ ਹੋ ਸਕਦਾ, ਨਾਰਾਜ਼ ਹੋਊਗਾ ਪਰ ਉਹਨੂੰ ਇਹ ਵੀ ਪਤਾ ਲੱਗ ਜੂ ਵੀ ਇਹਨੇ ਸੱਚ ਬੋਲਿਆ, 2 ਮਹੀਨਿਆਂ ਬਾਅਦ ਆਪਦਾ ਗੁੱਸਾ ਕੱਢ ਲੂਗਾ। ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਜਿੰਨਾ ਕਿ ਰਿਸ਼ਤਾ ਸੱਚਾਈ ਨਾਲ ਨਿਭਾ ਸਕਾਂ ਉਹ ਹੀ ਬਿਹਤਰ ਹੈ। ਇਹ ਪਰ ਇੱਕ ਇਲਜ਼ਾਮ ਤੁਹਾਡੇ ਵੱਲੋਂ ਵੀ ਲਾਇਆ ਗਿਆ ਹੈ ਐਲੀ ਜੀ ਵੱਲ ਕਿ ਵੀ ਜੋ ਸਟੇਡੀਅਮ ਬਣਾਏ ਉਹਨਾਂ ਦੀ ਕੀਮਤ 25 ਲੱਖ ਦੀ ਹੈ ਪਰ ਲਿਆ 1 ਕਰੋੜ ਜਾਂ 2 ਕਰੋੜ ਗਿਆ ਹੈ, ਸੋ ਉਹਦੇ ਬਾਰੇ ਤੁਸੀਂ ਕੁਛ ਹੋਰ ਦੱਸੋਗੇ? ਦੇਖੋ ਮੈਂ ਇਲਜ਼ਾਮ, ਮੈਂ ਪਹਿਲਾਂ ਹੀ ਹਰ ਥਾਂ ਕਹਿੰਦਾ ਮੈਂ ਇਲਜ਼ਾਮ ਲਾਉਂਦਾ ਹੀ ਨਹੀਂ, ਲੇਕਿਨ ਜਦੋਂ ਲੋਕਾਂ ਨੇ ਕਿਹਾ ਕਿ ਜੀ ਮੇਰੇ ਵੱਲੋਂ ਸੀ, ਲੋਕਾਂ ਨੇ ਆਖਿਆ ਜੀ ਤੁਸੀਂ ਸਟੇਡੀਅਮ ਦੀਆਂ ਗੱਲਾਂ ਹਰ ਥਾਂ ਸੁਣਦੇ ਹੋ, ਕਹਿੰਦੇ ਤੁਸੀਂ ਇਸ 'ਤੇ ਕੁਛ ਬੋਲਦੇ ਕਿਉਂ ਨਹੀਂ? ਸੋ ਮੇਰਾ ਕਹਿਣਾ ਸੀ ਯਾਰ ਉਹਨੇ ਸਟੇਡੀਅਮ ਬਣਾਏ ਹੈਗੇ ਆ ਔਰ ਸਟੇਡੀਅਮ ਦੀ ਵਰਤੋਂ ਹੋ ਸਕਦੀ ਹੈ ਬੱਚਿਆਂ ਲਈ, ਅਤੇ ਇਹਦੇ ਵਿੱਚ ਮੈਂ ਕਿਉਂ ਕੁਛ ਬੋਲਾਂ? ਅਤੇ ਇਹ ਆਵਾਜ਼ ਉੱਥੋਂ ਉੱਠ ਕੇ ਆਈ ਕਿ ਜੀ ਇਹਦੀ ਇਨਕੁਆਇਰੀ ਤਾਂ ਕਰਾਓ, ਇੱਕ ਇਹੋ ਜਿਹਾ ਇੱਥੇ ਇੱਕ ਵੀਡੀਓ ਹੈ ਜਿਸ ਬਾਰੇ ਉਹਨੇ ਮੈਨੂੰ ਨਾਮ ਵੀ ਦਿੱਤਾ ਕਿ
ਤੁਹਾਨੂੰ ਪਤਾ ਲੱਗੂਗਾ ਕਿ ਇਹ ਤਾਂ ਇਹ ਸਟੇਡੀਅਮ ਥੋੜ੍ਹੀ ਬਣੇ ਆ ਤਾਂ ਲੋਕਾਂ ਦੇ ਘਰ ਭਰੇ ਆ ਕਿ ਜੋ ਉਹਦੀ ਐਕਚੁਅਲ ਕੋਸਟ ਸੀ ਅਤੇ ਜੋ ਬਿਲਿੰਗ ਸੀ ਜਾਂ ਜੋ ਵੀ ਉਹ ਸੀਗਾ ਤਾਂ ਇਨਕੁਆਇਰੀ 'ਚ ਪਤਾ ਲੱਗੂ ਕੀ ਸੱਚਾਈ ਹੈ ਕੀ ਨਹੀਂ ਜੀ। ਤਾਂ ਮੈਂ ਇਹ ਗੱਲ ਜ਼ਰੂਰ ਆਖੀ ਹੈ ਕਿ ਬਈ ਇਹ ਜੇ ਗੱਲ ਵਾਕਈ ਤੁਸੀਂ ਚਾਹੁੰਦੇ ਹੋ ਵੀ ਮੈਨੂੰ ਉਠਾਵਾਂ ਮੈਂ ਉਠਾ ਲੈਂਦਾ, ਸੋ ਉਹਨਾਂ ਦੇ ਕਹਿਣ 'ਤੇ ਮੈਂ ਗੱਲ ਉਠਾਈ ਹੈ ਜੀ। ਸੋ ਜਿੱਤੋ ਨਾ ਹਾਰੋ ਵੀਡੀਓ 'ਤੇ ਤੁਸੀਂ ਚੈੱਕਅਪ ਕਰਾ ਸਕਦੇ ਹੋ ਐਜ਼ ਨਹੀਂ ਹੁਣ ਗੱਲ ਇੱਕ ਗੱਲ ਜਿੱਤ ਹਾਰਦੀ ਤਾਂ ਖਤਮ ਹੋ ਗਈ ਹੈ ਜੀ, ਇਹ ਤਾਂ ਹੁਣ ਜ਼ਿੰਮੇਵਾਰੀ ਬਣ ਗਈ ਹੈ ਦਾਖੇ ਦੀ। ਹਾਂ, ਇਟ ਹੈਜ਼ ਗੋਟ, ਦੇਰ ਆਰ ਨੋ ਇਫਸ ਐਂਡ ਬਟਸ। ਇਹਦਾ ਚਿੱਟਾ ਨਹੀਂ ਨਹੀਂ ਇਹਦੇ ਬਾਰੇ ਸਾਨੂੰ ਸਾਫ਼ ਪਤਾ ਚੱਲੇਗਾ ਕਿ ਬਿਕੋਜ਼ ਇਹ ਬਹੁਤ ਆਮ ਗੱਲ ਹੈ ਕਿ ਟੈਂਡਰ ਕੁਛ ਹੋਰ ਨਿਕਲਦਾ, ਅਸਲ ਕੀ ਕੀਮਤ ਕੁਛ ਹੋਰ ਹੁੰਦੀ ਹੈ, ਇਹ ਪ੍ਰਥਾ ਦੀ ਰੀਤ 'ਚ ਬਣ ਗਈ ਹੈ। ਟੈਂਡਰਾਂ ਦੀ ਗੱਲ ਨਹੀਂ ਜੀ, ਇਹ ਤਾਂ ਜਦੋਂ ਇਨਕੁਆਇਰੀ ਹੋਊਗੀ ਨਾ ਜੀ ਫਿਰ ਪਤਾ ਲੱਗੂਗਾ ਕਿ ਕਿਸ ਕਿਸਮ ਦੇ ਬਿੱਲ ਰੇਜ਼ ਹੋਏ ਔਰ ਕਿਸ ਕਿਸਮ ਦਾ ਮਟੀਰੀਅਲ ਆਇਆ ਔਰ ਕੀ ਹੋਇਆ, ਪਰ ਇਹ ਹੋਊਗਾ ਜ਼ਰੂਰ। ਤੁਸੀਂ ਜੇ ਜਿੱਤੇ ਤਾਂ ਬੜੇ ਲੋਕ ਉਮੀਦ ਕਰਦੇ ਆ ਕਿ ਤੁਸੀਂ ਕੋਈ ਮੰਤਰੀ ਜ਼ਰੂਰ ਬਣੋਗੇ, ਤੁਹਾਨੂੰ ਲੱਗਦਾ ਹੈਗਾ? ਨਹੀਂ ਜੀ, ਗੱਲ ਇਸ ਤਰ੍ਹਾਂ, ਮੈਂ ਤਾਂ ਇਸ ਜ਼ਿੰਦਗੀ ਦੇ ਵਿੱਚ ਜੋ ਜਿਹੜੇ ਮੇਰੀ ਸਿਆਸਤ ਦਾ ਜਿਹੜਾ ਸਮਾਂ ਹੈਗਾ ਉਹ ਸਾਰਾ CM ਸਾਹਿਬ ਦੇ ਨਾਲ, ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਗੁਜ਼ਰਿਆ। ਮੈਨੂੰ ਨੇ ਅੱਜ ਆਹ ਮੌਕਾ ਦਿੱਤਾ ਹੈਗਾ, ਉਹਨਾਂ ਨੇ ਵੈਸੇ ਹੀ ਮੈਨੂੰ ਬਹੁਤ ਕੁਛ ਦੇ ਦਿੱਤਾ ਹੈਗਾ। ਨਿਮਰਤ ਜੀ ਤੁਸੀਂ ਦੱਸੋ, ਮੈਂ ਆਪ ਹੀ ਤੁਸੀਂ ਕਹਿ ਕੇ ਹਟਿਓ ਇਸ ਇੰਟਰਵਿਊ ਦੇ ਵਿੱਚ ਕੋਈ 5-6 ਸਵਾਲ ਪਹਿਲਾਂ, ਜਿਸ ਕਿਸਮ ਦਾ ਉਹਨਾਂ ਨੇ ਮੈਨੂੰ ਇੱਜ਼ਤ ਮਾਨ ਪਿਆਰ ਸਤਿਕਾਰ ਦਿੱਤਾ, ਇਸ ਤੋਂ ਵੱਧ ਹੋਰ ਕੀ ਚਾਹੀਦਾ? ਪਰ ਦਾਖੇ ਤੋਂ ਜੇ ਮੰਤਰੀ ਆਏਗਾ ਤਾਂ ਦਾਖੇ ਤੋਂ ਬੜਾ ਕੁਛ ਮਿਲ ਸਕਦਾ ਹੈ। ਉਹ ਵੈਸੇ ਵੀ ਮਿਲ ਸਕਦਾ, ਜਦੋਂ CM ਸਾਹਿਬ ਨੇ ਇਹੀ ਕਹਿਤਾ ਕਿ ਜਿਵੇਂ ਮੈਨੂੰ ਪਟਿਆਲਾ ਦਾ ਹਲਕਾ ਉਵੇਂ ਮੈਨੂੰ ਦਾਖੇ ਦਾ ਹਲਕਾ ਹੈ। ਕੱਲ੍ਹ 9 ਘੰਟੇ ਉਹ ਬੱਸ ਤੋਂ ਉਤਰੇ ਨਹੀਂ ਥੱਲੇ, ਇੱਕ ਉਹ ਔਰ ਇੱਕ ਛੋਟਾ ਜਿਹਾ ਇੰਸੀਡੈਂਟ ਹੋਇਆ, ਬੜਾ ਜਿਹਨੂੰ ਕਹਿ ਲਓ ਉਹ ਤਾਰ ਆ ਗਈ ਅੱਗੇ ਦਸਤਾਰ ਨੂੰ ਲੈ ਕੇ। ਔਰ ਤੁਸੀਂ ਦੇਖੋ ਉਸ ਇਨਸਾਨ ਦੀ ਮਤਲਬ 1.5 ਮਿੰਟ ਦੇ ਵਿੱਚ ਬਿਨਾਂ ਕਿਸੇ ਸ਼ੀਸ਼ੇ ਤੋਂ ਬਿਨਾਂ ਕਿਸੇ ਨੂੰ ਦੇਖਿਆ ਉਹਨਾਂ ਨੇ ਆਪਦੀ ਦਸਤਾਰ ਦੁਬਾਰਾ ਸਜਾ ਕੇ ਉੱਤੇ ਆ ਗਏ ਸੀ। ਇਹ ਨਿਸ਼ਾਨੀ ਹੈ ਉਸ ਇਨਸਾਨ ਦੀ। ਇੱਥੇ ਮੈਂ ਕਾਫ਼ੀ ਲੋਕਾਂ ਦੇ ਕਮੈਂਟਸ ਪੜ੍ਹੇ, ਕਈਆਂ ਦੀ ਰਿਪੋਰਟਸ ਦੇਖੀ ਚੈਨਲ ਦੀ, ਮੈਨੂੰ ਬੜਾ ਅਫਸੋਸ ਹੋਇਆ ਕਿ ਕਿਸੇ ਨੂੰ ਇਹ ਨਹੀਂ ਖਿਆਲ ਆਇਆ ਚਲੋ ਬਚ ਗਿਆ, ਤਾਰ ਸਿਰ ਨੂੰ ਨਹੀਂ ਲੱਗੀ। ਬਟ ਤੁਹਾਨੂੰ ਲੱਗਦਾ ਕਿ ਅੱਜ ਬਹੁਤ ਨੈਗੇਟਿਵਿਟੀ ਵੱਧ ਗਈ ਹੈ? ਬਿਕੋਜ਼ ਜੋ ਉਹਦੇ ਕਮੈਂਟਸ ਦਸਤਾਰ ਬਾਰੇ ਔਰ ਉਸ ਤੋਂ ਬਾਅਦ ਆ ਰਹੇ ਸੀ ਕਿ ਥੋੜ੍ਹਾ ਇੱਕ ਮਤਲਬ ਵੱਡੇ ਨੇ, ਬਜ਼ੁਰਗ ਨੇ, ਐਂਡ ਬੰਦਾ ਇੱਕ ਵੀ ਮੈਂ ਨਹੀਂ ਸੁਣਿਆ ਕਿ ਸ਼ੁਕਰ ਹੈ ਸਿਰ ਨਹੀਂ ਕੱਟਿਆ ਗਿਆ। ਨਹੀਂ ਨਹੀਂ ਨਿਮਰਤ ਜੀ, ਤੁਸੀਂ ਜਿਹੜੇ ਕਮੈਂਟਸ ਪੜ੍ਹੇ ਆ ਨਾ, ਉਹ ਉਸੇ ਉਹ ਉਸ ਕਿਸਮ ਦੇ ਇਨਸਾਨ ਹੈ ਜਿਨ੍ਹਾਂ ਨੂੰ ਨਾ ਤਾਂ ਦਸਤਾਰ ਦੀ ਇੱਜ਼ਤ ਕਰਨੀ ਆਉਂਦੀ ਹੈ, ਨਾ ਉਹ ਸਿੱਖੀ ਨਾਲ ਉਵੇਂ ਕਨੈਕਟ ਕਰ ਸਕਦੇ। ਜਿਵੇਂ ਕੱਲ੍ਹ CM ਸਾਹਿਬ ਨੇ ਕਿਹਾ ਵੀ ਅਕਾਲੀ ਦਲ 1922 ਵੇਲੇ ਦਾ ਇੱਕ ਅਕਾਲੀ ਦਲ ਸੀਗਾ ਜਿਹੜਾ ਸਹੀ ਸੀ, ਹੁਣ ਵਾਲਾ ਅਕਾਲੀ ਦਲ ਕੋਈ ਅਕਾਲੀ ਦਲ ਥੋੜ੍ਹੀ ਹੈ। ਦਸਤਾਰ ਕਿਸੇ ਦੀ ਵੀ ਹੋਵੇ, ਦਸਤਾਰ ਤੁਹਾਡੀ ਇੱਜ਼ਤ ਹੈ। ਇੱਕ ਇੰਸੀਡੈਂਟ ਹੋਇਆ ਉਸ 'ਤੇ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਉਸ ਬਾਰੇ ਇਹ ਕਹਿਣਾ ਚਾਹੀਦਾ ਸੀ ਵੀ ਚਲੋ ਬਚਾਅ ਹੋ ਗਿਆ, ਦਸਤਾਰ ਵੀ ਹੱਥ 'ਚ ਰਹਿ ਗਈ, ਇਹਨਾਂ ਇਹ ਵੀ ਬੜੀ ਵੱਡੀ ਗੱਲ ਹੈ। ਉਸ 'ਤੇ ਕਿਸੇ ਨੇ ਮੈਨੂੰ ਕਹਿਤਾ ਜੀ, ਮੇਰੇ ਬਾਰੇ ਕਮੈਂਟ ਕਰੀ ਜਾ ਰਹੀ, ਮੈਂ ਬਚਾ ਰਿਹਾ ਸੀ ਅਤੇ ਮੇਰਾ ਮਤਲਬ ਰਾਧਾ ਦਿਨ ਜੋ ਤੁਸੀਂ ਗੱਲ ਆਖੀ ਜੀ, ਉਸ ਦਸਤਾਰ ਨੂੰ ਇੱਜ਼ਤ ਦੇਣ ਦੀ ਬਜਾਏ ਜਿਹੜੇ ਬੰਦੇ ਇਹੋ ਜਿਹੇ ਕਮੈਂਟ ਕਰ ਰਹੇ ਹੈ ਉਹਨਾਂ ਬਾਰੇ ਕੀ ਕਹੀਏ? ਮਤਲਬ ਇਹੀ ਕਹਿ ਸਕਦੇ ਵੀ ਅਫਸੋਸ ਹੈ, ਸੱਚੇ ਪਾਤਸ਼ਾਹ ਉਹਨਾਂ ਨੂੰ ਸਮਤ ਬਖਸ਼ੇ, ਅਕਲ ਬਖਸ਼ੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਦਸਤਾਰ ਦੀ ਕਦਰ ਕਿਵੇਂ ਕਰੀਦੀ ਹੈ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ, ਆਲ ਦਾ ਬੈਸਟ, ਐਂਡ ਉਮੀਦ ਕਰਦੇ ਹਾਂ ਦਾ ਬੈਸਟ ਮੈਨ ਵਿਨਸ, ਐਂਡ ਰਿਜ਼ਲਟ ਦੀ ਵੇਟ ਕਰਾਂਗੇ ਆਲਵੇਜ਼ ਜੀ। ਮੈਂ ਵੀ ਇਹੀ ਕਹਿੰਦਾ ਕਿ ਦਾਖੇ ਵਾਲਿਆਂ ਨੇ ਡਿਸਾਈਡ ਕਰਨਾ ਸੋਚ, ਦੇਖੋ ਸਰਕਾਰ ਨਹੀਂ ਬਦਲਣੀ, CM ਸਾਹਿਬ ਨੇ ਕੰਟੀਨਿਊ ਕਰ ਰਹੇ ਹੈ, ਕੰਟੀਨਿਊ ਕਰਨਾ, ਪਰ ਦੋ ਜਣਿਆਂ ਦੀ ਕਿਸਮਤ ਬਦਲਣੀ ਹੈ। ਇੱਕ ਤਾਂ ਮੈਂ ਕਹੂੰਗਾ ਜੇ ਮੈਨੂੰ ਮੌਕਾ ਮਿਲਿਆ ਮੇਰੀ, ਅਤੇ ਦੂਸਰਾ ਦਾਖੇ ਹਲਕੇ ਦੀ ਜੋ ਕਮੀਆਂ ਪੇਸ਼ੀਆਂ, ਜੋ ਅੱਜ ਦਿੱਕਤਾਂ ਮੁਸ਼ਕਲ ਹੈ, ਇਹ ਸਰਕਾਰ ਦੇ ਆ ਜਿਹੜੇ 2.5 ਸਾਲ ਦਾ ਕਾਰਜਕਾਲ ਹੈ ਉਹਦੇ ਵਿੱਚ ਉਹਨੂੰ ਬੜੇ ਅੱਛੇ ਤਰੀਕੇ ਨਾਲ ਉਹਨਾਂ ਦਾ ਨਿਪਟਾਰਾ ਕੀਤਾ ਜਾ ਸਕਦਾ ਔਰ ਉਹਨੂੰ ਅੱਛੇ ਤਰੀਕੇ ਨਾਲ ਨਪੇਰੇ ਚੜ੍ਹਾਇਆ ਜਾ ਸਕਦਾ। ਧੰਨਵਾਦ ਜੀ।